ਲਖੀਵਾਲ ਰਾਜ਼ੀ ਹੋਵੇ ਤੁਹਾਡੇ ਮੇਰੇ ਉੱਤੇ ਆਮਨਾ ਦਾ ਲਾਲ, ਖੁਸ਼ ਹੋਵੇ ਰੱਬੇ ਜੁਲ ਜਲਾਲ। ਮੇਰੀ ਦੁਆ ਹੈ ਕਿ ਮਹਿਫਿਲ ਹੋ ਜਾਵੇ ਬਾ ਕਮਾਲ, ਮੁੱਛਿਆਂ ਲਿਆ ਤੇਰੇ ਉੱਤੇ ਰਾਜ਼ੀ ਹੋਵੇ ਸੈਯਦਨਾ ਬਿਲਾਲ, ਤਾੜੀ ਵਾਲੇ ਤੇ ਖੁਸ਼ ਹੋਵੇ ਜ਼ਹਰਾ ਦਾ ਲਾਲ, ਤੇ ਸਿੰਧੀ ਟੋਪੀ ਵਾਲੇ ਦੀ ਜ਼ਿੰਦਗੀ ਵਿੱਚ ਕਦੇ ਹੀ ਨਾ ਆਵੇ ਰੰਜੋ ਮਲਾਲ। ਮੈਂ ਤੁਹਾਡਾ ਸ਼ੁਕਰੀਆ ਅਦਾ ਕਰੇ ਨਾ ਕਿਬਲਾ ਤਮਾਮ ਸਾਦਾ ਤੇ ਕਿਰਾਮ ਦਾ, ਮੈਂ ਤੁਹਾਡਾ ਸ਼ੁਕਰੀਆ ਅਦਾ ਕਰੇ ਨਾ ਇੱਕ ਨਾਰੇ ਦਾ ਜਵਾਬ ਦਿਓ ਤੇ ਮੈਂ ਨੌਕਰੀ ਸ਼ੁਰੂ ਕਰਾਂ। ਨਾਰੇ ਤਕਬੀਰ। ਉਹ ਬੰਦੇ ਹੱਥ ਚਾਹੋ ਜਿਹਨਾਂ ਦੇ ਹੱਥ ਦਰਖਾਣ ਨਹੀਂ ਬਣਾਏ ਰਹਿਮਾਨ ਬਣਾਏ। ਨਾਰੇ ਤਕਬੀਰ। ਹਯਾਤੀਆਂ ਬੇਟਾ ਤੂੰ ਹੀ ਹੱਥ ਚਾਲ ਲਾ ਰੰਗ ਲਾਵੀ। ਨਾਰੇ ਤਕਬੀਰ। ਨਾਰੇ ਰਿਸਾਲਤ, ਸ਼ਾਲਾ ਇਹ ਹੱਥ ਕਿਸੇ ਦੇ ਮੁਹਤਾਜ ਨਾ ਹੋਵੇ। ਨਾਰੇ ਰਿਸਾਲਤ, ਚਿੱਟੀ ਪੱਗ ਲਿਆ। ਨਾਰੇ ਤਹਕੀਕ। ਨਾਰੇ ਗੌਸੀਆ, ਦੀਵਾਰ ਦੇ ਪਰੋਂ ਖਰਣਾ ਲਿਓ। ਨਾਰੇ ਹੈਦਰੀ, ਆਸਤਾਨ ਆਲੀਆ ਲਖੀਵਾਲ ਸ਼ਰੀਫ। ਐਸਾ ਦਰੂਦ ਪੜੋ ਦੁਨੀਆਂ ਨੂੰ ਪਤਾ ਲੱਗ ਜਾਵੇ ਤਮਾਸ਼ਾ ਹੀ ਨਹੀਂ ਆਏ ਬੈਠੇ, ਹਜ਼ੂਰ ਦੇ ਸ਼ਾਇਦਾ ਹੀ ਆਏ ਬੈਠੇ ਹਨ। ਸਾਰੇ ਪੜੋ ਅਸਲਾਤੋ ਵਸਲਾਮ ਅਲੈਕਾ ਯਾ ਸੈਯਦੀ ਯਾ ਰਸੂਲ ਅੱਲਾਹ, ਵਸਲਮ ਅਲੈਕਾ ਵਾਲਾ ਆਲਿਕਾ ਵਾ ਸਹਾਬਿਕਾ ਯਾ ਸੈਯਦੀ ਯਾ ਹਬੀਬ ਅੱਲਾਹ। ਦੋ ਵਜੇ ਤੱਕ ਟਾਈਮ ਹੈ, 1:14 ਹੋ ਗਏ। ਮੈਂ ਵਲੀਆਂ ਦੀਆਂ 3 ਨਿਸ਼ਾਨੀਆਂ ਤੁਹਾਡੇ ਸਾਹਮਣੇ ਪੜ੍ਹਨਾ ਚਾਹੁੰਦਾ। ਮੈਂ 2 ਲਾਈਨਾਂ ਪੜ੍ਹਦਾ ਜਨਾਬ ਦੇ ਮਿਜ਼ਾਜ ਦਾ ਮੈਨੂੰ ਪਤਾ ਲੱਗ ਜਾ ਸੀ। ਆਸ਼ਕੂ ਕੀ ਜ਼ਬਾਂ ਪੇ ਤਾਲੇ ਨਹੀਂ ਹੋਤੇ, ਜਹਾਂ ਨਬੀ ਕਾ ਇਸ਼ਕ ਹੋ ਵੋ ਦਿਲ ਕਾਲੇ ਨਹੀਂ ਹੋਤੇ। ਕਿਆ ਬਾਤ ਹੈ, ਕਿਆ ਬਾਤ ਹੈ ਬੇਟਾ, ਤੇਰੀ ਚੁੱਪ ਦੀ ਕਿਆ ਬਾਤ ਹੈ। ਮੈਂ ਮੁਲਤਾਨੋਂ ਆਇਆ, ਤੂੰ ਰਹੀਮ ਯਾਰ ਖਾਨੋਂ ਆਇਆ ਬੈਠਾ। ਅੱਲਾ ਰੰਗ ਲਾਵੀ, ਮੇਰੇ ਕੋਲ ਜਿੰਨ ਹੈਨ, ਮੈਂ ਜਿੰਨ ਭੇਟ ਦੇਵਣੇ ਹੈਨ, ਫਿਰ ਤੂੰ ਫਤਿੰਗੜੇ ਮਾਰੇਗਾ। ਆਸ਼ਕੂ ਕੀ ਜ਼ਬਾਂ ਪੇ ਤਾਲੇ ਨਹੀਂ ਹੋਤੇ, ਜਹਾਂ ਨਬੀ ਕਾ ਇਸ਼ਕ ਹੋ ਵੋ ਦਿਲ ਕਾਲੇ ਨਹੀਂ ਹੋਤੇ। ਮੁਨਕਰੂ ਕੋ ਡੰਕੇ ਕੀ ਚੋਟ ਪੇ ਬਤਾ ਦੇ ਐ ਜਾਫਰ, ਜੋ ਬਾਤਿਲ ਸੇ ਦਬ ਜਾਏ ਵੋ ਨਬੀ ਵਾਲੇ ਨਹੀਂ ਹੋਤੇ। ਸ਼ਾਬਾਸ਼, ਸ਼ਾਬਾਸ਼, ਸ਼ਾਬਾਸ਼ ਮੇਰਾ ਬੇਟਾ। ਬੋਲੀ ਸਾਹਿਬਾ ਤੇਰੀ ਹਯਾਤੀ ਹੋਵੇ, ਅੱਲਾ ਤੇਰੀ ਹਯਾਤੀ ਕਰੇ। ਔਰ ਇੱਕ ਲੈਣ ਮੈਂ ਫਰੀਦੀ ਸਾਹਿਬ ਤੁਹਾਡੀ ਨਿਕਾਬਤ ਦੀ ਨਜ਼ਰ ਕਰ ਰਿਹਾ, ਤੁਸੀਂ ਵੱਡੇ ਨਕੀਬ ਹੀ ਵੇ, ਬਾ ਅਦਬ ਬਾ ਨਸੀਬ ਹੀ ਵੇ। ਇਹ ਸ਼ੇਰ ਸੁਣ ਲਵਾਏ, ਆਰਜ਼ੀ ਚੈਨ ਚੈਨ ਨਹੀਂ ਹੁੰਦਾ, ਹਰ ਬਸ਼ਰ ਹੱਕ ਦਾ ਜ਼ੈਨ ਨਹੀਂ ਹੁੰਦਾ, ਕਹਿੰਦੇ ਜੁੱਬੇ ਕੁੱਬੇ ਵੇਖ ਕੇ ਵੇਖ ਨਾ ਪਿਆ ਕਰ, ਹਰ ਨਮਾਜ਼ੀ ਵੀ ਹੁਸੈਨ ਨਹੀਂ ਹੁੰਦਾ। ਕਿਆ ਬਾਤ ਹੈ ਬੇਟਾ, ਤੂੰ ਸੁਭਾਨ ਅੱਲਾ ਨਹੀਂ ਆਖੜਿਆ, ਸਿਰ ਹਿਲਾ ਰਿਹਾ, ਬੜੀ ਪੱਗ ਪਾ ਕੇ ਆਇਆ ਹੈ, ਤੈਂ ਮੇਰੇ ਨਾਲ ਦਾਰਾਬਾ ਦਾਰਾਬਾ ਦਾਰਾਬੂ ਖੇਡਣਾ ਹੈ। ਜ਼ਰਾ ਕਾਬੂ ਹੋ ਕੇ ਬਹਿ ਨਾ, ਪਤਾ ਲੱਗਿਆ ਸੀ ਹਜ਼ੂਰ ਦੇ ਨੌਕਰ ਜੀ। ਮਾਲਕ ਅੱਲਾ ਸਲਾਮਤ ਰੱਖੇ ਜੀ, ਤੁਸੀਂ ਵੀ ਜ਼ਰਾ ਸਿੱਧੇ ਹੋ ਜਾਓ, ਅੱਲਾ ਰੰਗ ਲਾਵੇ। ਹਾਂ ਮਾਸ਼ਾ ਅੱਲਾ। ਆਸ਼ਕੂ ਕੀ ਜ਼ਬਾਂ ਪੇ ਤਾਲੇ ਨਹੀਂ ਹੋਤੇ, ਜਹਾਂ ਨਬੀ ਕਾ ਇਸ਼ਕ ਹੋ ਵੋ ਦਿਲ ਕਾਲੇ ਨਹੀਂ ਹੋਤੇ। ਮੁਨਕਰੂ ਕੋ ਡੰਕੇ ਕੀ ਚੋਟ ਪੇ ਬਤਾ ਦੇ ਐ ਜਾਫਰ, ਜੋ ਬਾਤਿਲ ਸੇ ਦਬ ਜਾਏ ਨਬੀ ਵਾਲੇ ਨਹੀਂ ਹੋਤੇ। ਉਹ ਨਬੀ ਵਾਲੇ ਨਹੀਂ ਹੋਤੇ। ਜਿਤਨਾ ਮੇਰੀਆਂ ਮਾਵਾਂ ਬੇਟੀਆਂ ਬੈਠੀਆਂ ਨੇ, ਮਾਲਕ ਇਹਨਾਂ ਦੇ ਪਰਦੇ ਸਲਾਮਤ ਰੱਖੇ, ਅੱਲਾ ਲੱਖੀਵਾਲ ਦੇ ਤਮਾਮ ਸਾਦਾਤ ਨੂੰ ਕਾਇਮ ਉਦੈਮ ਰੱਖੇ। ਔਰ ਤੁਸੀਂ ਯਕੀਨ ਕਰੋ, ਮੈਂ ਤਾਂ ਉੱਥੋਂ ਵੀ ਹੋ ਆਇਆ ਜਿੱਥੋਂ ਹਜ਼ੂਰ ਛੱਟਣ ਸਹੀ ਆਏ ਹਨ, ਯਾਨੀ ਕਿ ਮੋਰੋ ਵਿੱਚ ਮੈਂ ਉੱਥੋਂ ਵੀ ਜਾ ਕੇ ਪੜ੍ਹ ਆਇਆ। ਆ ਮੈਨੂੰ ਜ਼ਿਆਦਾ ਤੰਗ ਤੁੰਗ ਨਹੀਂ ਕਰਨਾ, ਪਰ ਮੈਂ ਤੁਹਾਡੀ 4 ਵਜਾ ਦੇਵਣੀ ਹੈ, ਤੁਸੀਂ ਸੇਰੀ ਖਾਵਣੀ ਭੁੱਲ ਜਾਵਣਾ ਹੈ। ਅਲਹਮਦੁਲਿਲਾ, ਅਲਹਮਦੁਲਿਲਾ ਰਹਿਮਾਨ ਅੱਲਮ ਅਲ ਕੁਰਾਨ ਖਲਕ ਅਲ ਇਨਸਾਨ ਅੱਲਮ ਹੁਲ الشمس والقمر بحسبان والنجم والشجر يسجدان والسماء رفعها ووضع الميزان أما بعد فقد قال الله تبارك وتعالى في الكلام الكريم والفرقان الحميد فأعوذ بالله السميع العليم من الشيطان اللعين الرجيم بسم الله الرحمن الرحيم وعباد الرحمن الذين يمشون على الأرض هونا وإذا خاطبهم الجاهلون قالوا سلاما والذين يبيتون لربهم سجدا
वकियामा बहु औखे हैं रब करम चकर। क्या बात है बेटा, तो सब बैठ जाओ, अल्लाह तुहाडी हयाती करे, बैठ जाओ, कुरान दा वास्ता मनो, मेरी कोई लाश लवण आयो तुसा बैठ जाओ, हसो नहीं भाई, इस वेले मंगो, कोई मंगण दा टाइम है। ए मछली मंडी नहीं है, पाकां दा उर्स है, ते नाले बनावटी पीरां दा उर्स नहीं, बतूल दे पुत्रां दा उर्स है। बहु औखे हैं रब्बा करम चकर, तेनू अरबी सुल्तान दा वास्ता है, जेनू अर्श ते सद के दीदार करायो, उस सोहने जवान दा, उस सोहने जवान दा वास्ता है, जै सांग ते चढ़ के कुरान पढ़िया, उस पाक जी शान दा वास्ता है, जड़ी रोंदी रही घर दे विच सूरा, उदे घर वीरान दा, अल्लाह तुहाडे आंसू कबूल करे, उस घर वीरान दा वास्ता है। असां सारियां नूं पांच टाइम दा नमाजी बना, तेनू बिलाल दी अजान दा, शाबाश 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 शाबाश, सुभान अल्लाह, बिलाल दी अजान दा वास्ता ही। सैदो दुआ चकराए, बड़िया मावां बेटियां बैठिया, हर बीबी दी आस मुराद पूरी होवे, इस आस्ताने ते असगर नादान दा, असगर नादान दा वाह जी, अल्लाह कबूल फरमावे, असगर नादान दा वास्ता है, साड़ी महफिल नू कबूलो मंजूर फरमा, मेरा मालिका तेनू सुने कुरान दा वास्ता है। हजरत चले मेराज को, बलगल उला बिकमाल ही, अंधेरा था उजाला हुआ, कशफत दुजा बिजमाल ही, कुरान बा अखला कस गवा, हसुनत जमी यो खिसाल ही, सिदकन यकीनन रासिखन, सल्लो अलाए वाले ही। तोड़े बच्चे जीवन मिलके पढ़ो सारे, अल्लाहुम्मा सल्ले अल्लाह, और नीली टोपी आले आ सीधा हो जा, सल्ले अल्लाह सल्ले, तुसी महफिल बर्बाद कर रहे हो जड़े अगे तुसी बैठे हो, सल्ले अल्लाह सल्ले अल्लाह, शाबाश भाई, सल्ले अल्लाह सल्ले अल्लाह सल्ले अल्लाह सल्ले अल्लाह सल्ले अल्लाह सल्ले अल्लाह, इत के अती के शफी के रफी के लई के अनी के तरी के दामाद सैयद ना अबू बकर सिद्दी के, सल्ले अल्लाह सल्ले अल्लाह सल्ले अल्लाह, शाबाश जड़े हाथ चाहिए बैठे हो, सल्ले अल्लाह सल्ले अल्लाह सल्ले अल्लाह, क्या बात है मेरे भीरा दी, सल्ले अल्लाह सल्ले अल्लाह सल्ले अल्लाह, महताब आफताब धुर नयाब नबियां दा नवाब साहेब किताब आली जनाब इज्जत महाब वारिस उमर इब्न खिताब, सल्ले अल्लाह सल्ले जी हो लखीवाल जी हो जिया चनियोट दे हलाल दादो, सल्ले अल्लाह सल्ले अल्लाह सल्ले अल्लाह, फजल शाह मैं दो वेख, सल्ले अल्लाह सल्ले अल्लाह सल्ले अल्लाह सल्ले अल्लाह, उनवान एलान बयान जबान मकान लिसान साड़ी जिंद जान अर्श दा मेहमान नबियां दा सुल्तान साहेब कुरान वारिस उस्मान बने अफान, सल्ले अल्लाह सल्ले अल्लाह सल्ले चलाए हाथ हजूर दे रोदे नूं लगे, सल्ले अल्लाह सल्ले अल्लाह सल्ले अल्लाह सल्ले अल्लाह सल्ले अल्लाह सल्ले अल्लाह।
اللہ صلی اللہ علی ولی تقی نقی اخی صلی اللہ صلی اللہ صلی اللہ مشرق مغرب وزیر مشیر جدل حسن ول حسین صلی اللہ صلی اللہ اللہ اللہم صلی اللہ سیدنا و سندنا و معوانا و ملجانا محمد و بارک و سلم و سلم تسلیما کثیرا کثیرا پولیس والے پتر دی نشانی ہے او دی وردی ایئر فورس والے دی نشانی ہے او دا یونیفارم جڑا آرمی دا جوان ہے او دی بھی نشانی ہے او دی خاکی وردی آرمی دے جوان دی نشانی ہے ایئر فورس دے جوان دی نشانی ہے پولیس والے پتر دی نشانی ہے آؤ اج قرآن تو پوچھئے کہ اللہ تو فرما تیرے ولی دی بھی کوئی نشانی ہے بات ہے کیا بات ہے سبحان اللہ ایک دو تین چار بیٹا سمجھ آدھی پئی ہے نا جی تواڈے چہرے تو پتہ لگے بھئی وچ تقریر جا رہی ہے میں آدھا کیا پیا سیالوی صاحب مہربانی اللہ تیرے ولی دی نشانی کیڑی ہے میں فون کراں حضور طاہر شاہ صاحب نو سرکار میں آ گیا تے مینوں لے جاؤ او آکھن گے میں بندہ بھیڑ دا پیا تیری گاڑی دا نمبر کیڑا ہے تو کیڑے رنگ دی گڈی وچ آیا اینا بندہ بھیجنا ہے تے بندے میری گڈی دا نمبر ویکھ کے آکھنا جی آؤ جی اسی لوانا ہے کھڑے آئے میں آکھا تانوں کیڑا پتہ ہے وہ آکھن گے ساڈے مرشد نے نشانی دتی ہے بھائی اقبال مدنی ہے مرشد نشانی دے وے بندے من میں نے ربانی اللہ نشانی دے وے تا بندے نو مننا چاہیدا ہے اجازت دیو میں قرآن پڑھا اللہ دا اعلان ہے اللہ فرمیندا ہے رب دا جاجا نبیاں دی لاجا غریباں دا کاجا کعبے دا حجا امت دی لاجا او محجبینا این الیقینا صادق تے امینا جند جیویں رحمت للعالمین جڑا میرا ولی ہے او دیاں ترے نشانیاں ہیں اللہ کیڑیاں کیڑیاں اللہ فرمیندا ہے وا عباد الرحمن الذین یمشون علی الارض ہونا و اذا خاطبهم الجاہلون قالوا سلاما والذین یبیتون لربہم سجدا و قیاما کیا بات ہے یار قرآن نعرہ رسالت نعرہ تحقیق نعرہ حیدری آستانہ علی قادری لکھی والی شریف میں نوکر جناب ولیاں دیاں اللہ نے کیمرہ مین بیٹا ترے نشانیاں رکھیاں ہیں پراڈو پیر دی نشانی نہیں مسلح پیر دی نشانی نہیں وی پنڈوی چمچے کڑچے نال رکھنا او نشانی نہیں اللہ تیرے ولی دی کیڑی نشانی ہے ہائے ہائے ایک دو تین چار پنج جڑے بول دے پائے ہو اللہ تیرے ولی دی پہلی نشانی کیڑی ہے فریدی صاحب اللہ فرمیندا ہے وا عباد الرحمن الذین یمشون علی الارض ہونا جڑا میرا ولی ہے او زمین تے اکڑ کے نہیں چلدا سر جھکا کے چلدا ہے نعرہ تکبیر اللہ اکبر نعرہ رسالت رسول اللہ نعرہ تحقیق نعرہ حیدری آستانہ علی قادریہ لکھیوال شریف زندہ باد آل نبی اولادی علی فخر سادات صاحبزادہ پیر سید محمد احمد رضا شاہ صاحب سلطانی حمدانی دامت برکات ملانیہ آپ جلوہ گر ہے خوش آمدید سارے مہمان بیٹھ جاؤ جلدی جلدی ماشاءاللہ کیا کمال قریشی صاحب ماحول بناتا کیا بات ہے آپ سلامت رہیں ٹھیک ہے آپ سلامت رہیں آپ نے محنت کی ہے آپ کی وجہ سے محفل اچھی ہو رہی ہے محمد احمد رضا صاحب بھی آ گئے ہمیں اجازت دیں ہم نوکری کریں و عباد الرحمن الذین یمشون علی الارض ہونا ولی دی پہلی نشانی ہے میں ولی کھائے جی و عباد الرحمن الذین یمشون علی الارض ہونا جڑا میرا ولی ہے وہ دی پہلی نشانی یہ ہے وہ اکڑ کے نہیں چلدا سر جھکا کے چلدا
आए हाय हाय बंदे समझ गए हो, अकड़ के चलना बेवकूफी है, सर झुका लेना अल्लाह की विलायत का इकरार है। ओ जाफर कुरैशी मुल्तानो टुरिया है, इन्हें वेखन रोड़ा दे उते किबला सफेदा भी जमीन ते खड़ा है ते अंब भी जमीन ते खड़ा है, सफेदा भी जमीन ते है ते किबला सरगोदा दा किन्नू भी जमीन ते है, सफीदा तलो पानी भी पी वेंदा है ते नाले फल भी नहीं देंदा, अंब है निका निप्पू है निका, ओ मियां किन्नू है निका, ओ सर झुकई खड़ा है हर साल अपना रेट भी बधाई खड़ा है। सुभान अल्लाह शाबाश शाबाश बेटा, पैसे उठाने के लिए सुभान अल्लाह आप नहीं कह रहे, हम फिर जाफर कुरैशी हैं, हम फिर बद्दुआ करेंगे, दुआ हम इनकी लगती है, बद्दुआ हमारी लगती है। आप आराम से बैठे, मैं क्या कह रहा हूँ, होवे मुर्गाबी ते पानी नाल नफरत कर रहे मुर्गाबी नहीं, होवे मछली ते तरण न जाने मछली नहीं, ओए होवे लखी वाल दा कुकुड़ ते बांग न देवे कुकुड़ नहीं, होवे हलाली ते कुरान सुन के बोले ना ओ हलाली नहीं। सुभान अल्लाह, नारे तकबीर, नारे रिसाला, नारे तकबीर, नारे हादरी, आस्थान आलिया लखीवाल चरी, आस्थान आलिया लखीवाल चरी जी, अमना दलाल दिते ओ बाका माल दिते, क्यों ना मैं शुक्र पढ़ा, सोना लखीवाल दिते अल्लाह अल्लाह अल्लाह, हाथ ओ चाओ जिन्हें दे हाथ है नहीं में ना चाओ अल्लाह अल्लाह अल्लाह, कैमरामैन मुछा तेरिया करे सके लालियां, सारे नु कैच कार्ड पता लगे चेक कर केड़ा है ते नौकर केड़ा है अल्लाह 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 अल्लाह, वाह 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 सुभान अल्लाह सुभान अल्लाह, हसन अमीर दितई सोना शब्बीर दितई, हसन अमीर दितई सोना शब्बीर दितई, तेरी बड़ी मेहरबानी लखी वाला ला पीर दितई अल्लाह सुभान अल्लाह। बेटा तू हाथ बंधी बैठा है, कुछ कबर पे आया बैठा है, खोल के बैठ तेरे जिया बंदा ता ईमानल कुर्सी उठा लवे अल्लाह अल्लाह अल्लाह, वाहवा वाहवा चिट्टे मोबाइल आले आ बैठ जा, अल्लाह तेनु रंग लावे शाला तू जल्दी जल्दी चिट्टा हो में, हाथ बुलंद करके अल्लाह अल्लाह अल्लाह, हाय हाय हुण मेरे हत्थे आ गए हो ना, तुसी समझा मौलवी बुढ़ा हो गया, बंदा इत्थों बुढ़ा नहीं होता, अली फरमेंदन जिस दिल में अली हो वो बूढ़े होते ही नहीं। सुभान अल्लाह, चमन चमन गली गली, जल्दी जल्दी नगर नगर गली गली, माशाल्लाह, पहली निशानी केड़ी है सर झुका के चलते हैं, अल्लाह दूसरी निशानी केड़ी है, फरमाया वा इदा खात अको सुभान अल्लाह सुभान अल्लाह, व इबादुर रहमान الذين يمشون على الارض هونا, जो हमारे वली हैं वो सर झुका के चलते हैं, अल्लाह दूसरी निशानी केड़ी है, व इदा खात बहुम الجاهلون قالوا سلاما, उना दी यारी चरसी नाल नहीं होंदी, भंगी नाल नहीं होंदी, ओ तना तन नाल नहीं होंदी, शराबी नाल नहीं होंदी, उना तो कट के रहंदे हैं, अल्लाह त्रीची निशानी फरमाए वल्लवीना यबीतूना लिरब्बिहिम सुज्जदन वकियामा, तो सजदन मेरे वली नु वेखोगे वो हलवा खाता नहीं मिलेगा, या रकू में होगा या सजदे में होगा। हक्के सुभान अल्लाह, एक दो तीन चार, ओ बंदे हाथ चाओ, ओ पश्तून टोपी वाले हाथ चाल ना रंग लावी, क्या बात है तेरी सुभान अल्लाह, अल्लाह अकबर, त्रै निशानियां मेरा प्यारा बेटा जेदे कोल होवेन, ए एस आई नु एक फुल लग जावे, एस एच ओ बन वेंदा ई, कैप्टन नु एक फुल लग जावे, ओ उत्ते कर्नल बन वेंदा ई, ते जेनु अल्लाह त्रै फुल लावे ओदी ताकत क्या है, आखो तो कुरान पढ़ा उमरा दराज सुने, सुभान अल्लाह, बेटा हाथ खोल के बाय की में बैठा, अल्लाह रंग लावी, स्टेज पे बैठा तो पता लगे शेर बैठे, हाँ हरे हुए बंदे नहीं बैठे थे, परवेद खटक बन के ना बाय, हलाली माँ का पुत्र बन के बाय, क्या बात है सुभान अल्लाह सुभान अल्लाह, अल्लाह सैया अल्लाह सैया, जदन त्राए निशानियां तेरे वली विच हैं, ओदी स्ट्रेंथ क्या है, ओदी पावर क्या है,
دی طاقت کیا ہے؟ اللہ فرماتا ہے واہ واہ یتول الصالحین، سبحان اللہ، میرا صالح بندہ ہے تے او دا متولی ماں، اشتہار لکھا ہوا منتظم آلہ، یعنی پٹرول مک جاوے تا متولی دے دے گا، مولوی نہیں آ رہا متولی جواب دے گا، ٹوٹی مسجد وچ کوئی نہیں تا متولی جواب دے گا، مسجد وچ جھنڈا دیوانا ہے تا پیر فضل شاہ متولی دے گا، متولی ہوندا ہے اوکھ دا تے سوکھ دا ذمہ وار، اللہ دا جڑا سر جھکا کے چلے جہلاں نال یاری نہ لاوے رکوع سجدے کرے، اسا او دے پرافٹ دی وی ذمہ وار ہیں، او دے لاسز دی وی ذمہ وار ہیں، سبحان اللہ، عمرہ دراز لے، عمرہ دراز لے، بات ہے کیا شیر نہیں جی، شیر کیوں ہلا رہے ہیں، ٹکر کھانا نبی دے ناں تے اللہ رنگ لاوی ہے، سبحان اللہ سبحان اللہ، اللہ دا میں دے واٹھے دا بھی ذمہ وار ہاں، اے دے گھاٹے دا بھی ذمہ وار ہاں، اور کینے ذمہ وار ہے میں دساواں دساواں فریدی صاحب تیرے تیری نکابت جو میں پڑھدا پیا میں دسیں دا پیا واٹھے دا ذمہ وار کون ہے، گھاٹے دا ذمہ وار کون ہے، راوی دا کنارہ ہے، راوی دا کنارہ ہے، ضلع خانے وال ہے، ایک دھوبی کپڑے رنگدا بھی ہے کپڑے دھوندا بھی ہے، ہندو عورت آ گئی رام کماری آکھن لگی بابا عبدالحکیم میرے کپڑے رنگ سے، فرمایا جی تا بیٹھے ہی رنگڑ واسطے، رنگ دے، لیکن بابا بابا کپڑے نا رنگی پکے، فرمایا ہم تو رنگتے ہی پکا ہیں، انہیں کہ بابا پھر کدن دے سے، فرمایا تینوں کدن چاہی دے کہ کل شام تک، آ فرمایا دن ٹھیک ہے کل شام نو آ کے لے جاویں، سیالوی صاحب بی بی چلن لگی ہے، آ فرمایا دن بی بی اورے آویں، جی رام کماری تیری یہ بھی حد چ کہ اتھے بھی کپڑے، اے کیڑے، اے میری بہو دے کپڑے ہیں، دلہن دے کپڑے ہیں، اے ہور دھوبی نو دے سا، فرمایا اے مینوں جا دے، اے مینوں جا دے، انہیں آکھیا رام کماری بابا عبدالحکیم 14 جوڑے میں تینوں دتے نے، 15 جوڑے ہیں، 14 تے 15 29 بن دے، تو کل تک کیویں رنگے گا، کیویں رنگے گا، دیکھو کھڑے ہوئے ہیں، اے او بندے ہیں جڑے شکار تے جامن کونڈی جامن بھول جان دین، جعفر نو سوڑنا من تے زبان چلا من بھول جان دین، میں انہاں بندے نال واقف ہاں، آپ نے فرمایا اے 15 جوڑے بھی مینوں چدے، وہ کہ بابا 29 جوڑے تیں کیسے رنگے گا، کل تک، کل تک کیویں رنگ سے، پر میں کل چھوڑ سا ہن رنگ دینے ہیں، اے ہائے ہائے کیا بات ہے، او یار سارے کیمرہ مین سارے نو کیچ کر، قبلہ تیری محفل یوٹیوب تے چلے، پتہ چلے لکھی وال وچ حضور دے غلام کٹھے ہوئے ہن، سبحان اللہ، طاہر شاہ سے 29 جوڑے، فرمایا میں ہن رنگ دینا، انہیں کہ رنگ دے کیڑے کیڑے رنگ ہو میں، بابا سارے رنگ دے دے، کالا بھی لا لگا دے، میم پیلا بھی لگا دے، چمبیلی لگا دے، زعفران لگا دے، کستوری لگا دے، آپ نے ہوں ولے مٹ دا ڈھکن چایا، 29 دے 29 جوڑے ویچ سٹے، کراڑی آکھن لگی بابے کا گیتے، آپ نے تسبیح پکڑی تے ایمیں اٹھی نہ جڑے ویلے ڈھکن کھول کے کیا دے دیئے، نیلے رنگ وچ کپڑے تر دے گھڑے، اے جی میں میرے ماما بیٹیاں بیٹھی ہیں نا واشنگ مشین وچ قبلہ ویم سٹیں دیا ہیں، پانی سٹیں دیا ہیں، دے کپڑے سٹیں دیا ہیں، پھر سوچ لگ دا ہے اے کپڑے اے روٹی پکاون پائے جان دیا ہیں تے مشین چل دیئے کھڑی، اس ویلے مشین آتا نا ہن بیٹا تیری توجہ دی قسم، بھائی اٹھی آپ دی آنکھ بند دے فریدی سیر، او ایمیں اٹھی ایمیں اٹھی ایمیں اٹھی ایمیں اٹھی، مینوں جلدی کوئی نہیں 2 بجے تک اپنا ٹائم ہے، اے بندے اتے ڈراؤن کیمرہ ایمیں ویکھ رہے جی میں دے جو جہانگیر ترین لامنا ہوئے، آ تو سمے بل بھی کھا، اے 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 ایمیں اٹھی ڈھکن چایا،
نیلے کپڑے نیلے کپڑے سارے نیلے منڈا لا کے جی بابا او میرے پوتر دی شادی ہے تے مڑ کیتا کیا ہے مینو تے پیلا تے لال تے کالا تے جامنی فرمایا بی بی منگ کیڑا کپڑا ہوئے سرکار ہم جو نوکری کر رہے ہیں اس کے ذمہ وار ہیں خدا دی قسم ہے بیٹا تیرے سونے چہرے دی قسم ہے بندے پیر سمجھتے نہیں پیر کون ہوں دن اے سمجھتے ہیں جڑا پھوکے دے وے وہ پیر ہوں دے پیر وہ ہوتا ہے جس کو دیکھ کر یا خدا یاد آ جائے یا مصطفیٰ یاد آ جائے سبحان اللہ نعرہ تکبیر نعرہ رسالہ جلدی جلدی نعرہ تحقیر نعرہ حیدری آستانہ علی لکھیوال چری زندہ باد آستانہ علی لکھیوال چری زندہ باد مدنی صاحب مہربانی آپ نے فرمایا مانگ کیڑا جوڑا ہے انہیں ویکھے آنکھ اگ لگی لال دے دے آپ نے ڈھکن چایا فرمایا اے لے انہیں آکھیا پیلا بھی دے دے فرمایا اے لے انہیں آکھیا نیلا بھی دے دے اے لے چمبیلی بھی اے لے کستوری رنگ بھی اے لے بابا کپڑے سارے تے نے رنگ دیے فیس کتنی اتھے جڑے بولے ہو میرا دل کر دے میں اٹھ کے تہاڈو چومی دے ماں چومی دے ماں کیونکہ تہاڈا میرا عقیدہ ملدا ہے او پوزیٹو نو او پوزیٹو ہی لگدا ہے نہ نیلے موبائلڑیا لیا جڑے ویلے آپ نے فرمایا کیا دیا ہوا کہ بابا تیری فیس کتنی ہے فرمایا ہم جب بھی لیتے ہیں خدا سے لیتے ہیں شاباش شاباش بھائی کیا بات ہے اسا جدن بھی لینے ہیں خدا تو لینے ہیں آپ نے پیسے بھی نہ لے ہن ذرا میں ول وکھایا جی میں طاہر شاہ سے مینوں دتے نا انہاں نے میں جیب گولی انہیں کہ لے اپنے بیٹے دی شادی وچ نہ میری طرف بھی حصہ پا دے وی انہیں کپڑے چاہے تین جگہ بیٹھنا پیا اقبال مدنی تین گھنٹے بٹھایا ہے قبول ہے اتھے دو گھنٹے بیٹھا قبول ہے اتھے بھی بولدا پیا قبول ہے نوکر بن کے آئے ہیں سر تو بیٹا سر ہٹا متن تیرے درد زیادہ بدھ جاوے آپ نے فرمایا بی بی لے جا کپڑے چاہ کے ٹری اٹھ قدم چائی تے ہن جی میں سیدہ نو ویکھ رہی ہوں ویکھی جاوے تے روی جاوے روی جاوے فرمایا بی بی روندی کیوں ہے او میں کپڑے بھی رنگ دیتے نے رنگ بھی پکائے پیسے بھی نہیں گھدے کام تیرا ہفتے دا میں منٹاں وچ مکایا اے روندی کیوں اے او لکھی وال دے شریفو کون بولے کون نہ بولے قدماں وچ ڈگیے آدھی بابا کپڑے رنگن جاندا اے یا دل بھی رنگن جاندا اے نارا تکبیر نارا رسالت نارا تحقیق نارا حیدری 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 کپڑے رنگن جاندا ہے یا دل بھی رنگن جاندا ہے آپ رو کے ادن بی بی دنیا کپڑے رنگویں دیے ساڈے تو دل کوئی نہیں رنگویں دا آدھیے پھر میرا دل رنگ دے فرمایا نیڑے آ بی بی نیڑے آئی فرمایا میرے آقا دا کلمہ جب پڑھ او جڑے ویلے کلمہ پڑھی آئے روندی کھڑی ہے آدھیے سونا سوچیں دی پیا جدی امت دا دھوبی اتنا سونا ہے بدن خود کتنا سونا ہو سی صدقے 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 سبحان اللہ آپ فرمے دین اگر آنکھیں تا تینوں میں اپنے نبی دا دیدار کرا دے ماں اور روکیا دیے سرکار اے خانے والے مدینہ اے نالے کئی سو سال گزر گئے تو حضور نو کیویں وکھے سے فرمایا اے میرا کم اے تیرا کم نہیں او آدھی اے میرا کیڑا کم اے فرمایا اکھ بند کر تینوں حسین دے نانے دا دیدار کراواں
सदके हुण सारा मजमा अख बंद करके सुन लवे शायद नहीं हजूर छटन सरकार दी कसम है शायद अज हजूर तुहानू मैनू दीदार करा जावे अल्लाह गवाह सौंदा लिया जले अख बंद कीती है ते सुल्तान अब्दुल हकीम मदीने वाल मुंह करके आदन आका मैं धोबिया तुसा नबिया दे नबी वे दीदार करो तेरे हंचू दी कसम जड़े वेले साई दीदार कराया है मैया दी खड़ी है मालिके मालिके हर्षा एदा मालिके मालिके हाथ चा सकते हो जड़े हाथ चा सकते हो मालिके मालिके हर्षा एदा मालिके मालिके तुसी सैयद भी सारे हाथ चा लो सरकार मालिके मालिके हर्षा एदा मालिके मालिके सही तुहाडा हुक्म है मालिके मालिके हर्षा ए बेटा जरा तू पीछे खड़ के हाथ चा रहे हैं तेरी हयाती होवे मालिके मालिके हर्षा एदा मालिके जड़े बाहर खड़े हो जी तुसी हाथ चा सकते हो तुहाडे वास्ते मैं कोई एमएनए दा रुका ले आवा एडे बड़े ना बनो ना साडा पसीना निकल रहा इहदा मतलब ए है कि असीं ठिड्डो पड़ रहे हैं मालिके मालिके हर्षा एदा मालिके 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 हर्षा एदा मालिके सोहना सब तू प्यारा क्या बात है मेरे साईं हुक्म कीता है मैं कई जमाने पढ़िया हा मालिके मालिके हर्षा एदा मालिके 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 हर्षा एदा मालिके मालिके मेहरबानी अज रात दे शेर मैं पढ़ता पिया अज रात माफी मिलसी हाय 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 अज रात माफी मिलसी हर शाय इजाफी मिलसी अज रात माफी मिलसी हर शाय इजाफी मिलसी खुश है रब्बुल औला वड्डा लजदार आ गए सोहना सरदार आ गए वड्डा लजदार आ गए सोहना सरदार आ गए अर्श ते बन के उम्मत बख्शावण वाला मालिके नईम शहजाद साहब आप तशरीफ लाए अल्लाह आपको सलामत रखे आपके साथी वो भी हम खुश आमदीद कहते हैं एक दफा हाथ चा के दसो मालिके मालिके अगर इजाजत दो तो मेरे को ठीक 15 मिनट रह गए आज दिन है मेरे इमाम हसन दा आज दिन है इना दे दादा जान दा सर इजाजत दो तो मैं एक करामत आप दे दादे जान की सुनावना चाहना क्योंकि हसन ओ मजलूम है जेदा जिक्र कोई नहीं करता लेकिन आला हजरत दे नौकर करें दे हैं आहा आहा असी करते हैं जी मैं सही पे आदा फरीदी तू पूरे मुल्क विच निकाबत करे ना है अल्हम्दुलिल्लाह सिद्दीक साड़ी जान है उमर साड़ी शान है उस्मान साड़ी आन है हुण जड़ा ना बोले मैं किवें पढ़ा अली कुल्ले ईमान है यजीद पक्का बेईमान है मेरा मुर्शिद हुसैन जन्नत दा सुल्तान है यो अकीदा आला हजरत इमाम मोहम्मद रजा खान नाराय तकबीर नाराय रिसाल नाराय तहकीक नाराय हैदरी इश्क मोहब्बत आला हजरत इश्क मोहब्बत मेहरबानी 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 इमाम हसन सही नु जान दियो जान दियो जे निवे जान दे तो सुन लो इमाम हसन वो है जने 45 साल जिंदगी विच 25 हज कीते ते ओ भी पैदल जेड़े चुप कर गए हो मैं तुहाडे हाजमे नू सलाम करदा तुहाडी जबान बाबर आजम ते रिजवान वास्ते है सुन्नी दी जबान नबियां दे सुल्तान वास्ते जेड़ा 45-25 हज पैदल करे उनू इमाम हसन आदन
تے جیدے دروازے تے کوئی خالی نہ جاوے اس کو امام حسن کہتے ہیں۔ سادات کرام تسی بہو مہمان نوازی بے بھائی محمد احمد رضا صاحب قرآن دی قسم ہے امام حسن او جوان ہے جنے اپنے گھر دے اتے رات نو ایک لاٹین دی روشنی دے دے ہن او دا نشانہ ہوندا ہا مدینے دے جتنا غریب ہن او آدیان ویکھو بے ویکھو جتو اے روشنی آ رہی ہے کتھوں روٹی لبھے نہ لبھے بطول دے پتر دے دروازے تو لبھے گی۔ کیا بات ہے تواڈی سبحان اللہ جی سبحان اللہ۔ میں ایک کرامت پڑھنا چاہنا ایک کرامت پڑھنا چاہنا میرے امام حسن مجتبا نے صلح کیتی ہے حضرت امیر معاویہ نال رضی اللہ تعالی عنہ آخو رضی اللہ تعالی جنہ نال وڈے صلح کرن نہ زیادہ چیر بیر نہیں کری دی وڈے وڈے ہوندے ہیں سبحان اللہ۔ انہوں نے کیتی ہے صلح ساڈو ضرورت ہی نہیں اسی حسن دے بھی نوکر ہیں حسین دے بھی نوکر ہیں تے صلح کیوں نہ کریں۔ نبی نے خود فرمایا تھا حسن کو جھولی میں بٹھا کے یہ میرا وہ شہزادہ ہے جو دو مسلمان گروہوں کے درمیان صلح کروائے گا۔ صلح ہو گئی صلح ہو گئی بھائی بیٹا صلح ہو گئی۔ حضرت امیر معاویہ رضی اللہ تعالیٰ عنہ کیا سرکار کدی دمشق وچ آؤ؟ آپ نے دعوت قبول کر لی دعوت قبول کر لی۔ جلے دعوت قبول ہو گئی پورے شام اعلان ہو رہے ہیں حسن آئے گا حسن آئے گا حسن آئے گا۔ تے دمشق دے چوک چ ایک موچی ہا جڑا علی دا بڑا نوکر ہا۔ سر نہ ہلاؤ اگر علی دے نوکری وے زبان ہلاؤ۔ ہاں علی دے دیکھ رہے زبان ہلیندی ہے اے سوا من دا سر نہیں ہلیندا۔ میں بجٹ منظور نہیں کرا منایا بیٹھا میں محفل منظور کرا منایا بیٹھا۔ امام حسن مجتبا سبحان اللہ آپ دا نوکر مدنی صاحب تے ہے موچی کون ہے روندا بیٹھا ہے روندا بیٹھا ہے حضور روندا بیٹھا ہے۔ کہیں پوچھیا کیوں روندا بیٹھا ہوں کہ یار کل حسن مجتبا بھی آ رہے ہیں تے ہوں کہ روندا کیوں ہے جا کے زیارت کریں زیارت کرنا تا میں خالی ہاتھ جاواں خالی ہاتھ جاواں خالی ہاتھ جاواں۔ انہاں آکھیا تے او تا حسن جنت دا جوانے دا سردار ہے او تیرا کوئی محتاج ہے۔ انہاں کہ کوئی محتاج نہیں لیکن وڈے لوگاں نو جڑے ویلے ملیے کچھ نہ کچھ لے کے تے جاویے نا انہاں کیڑا اپنے کول رکھنا ہے۔ سارا دن روندا رہیا اے جملہ میں اپنی ماماں بیٹیاں واسطے پڑھدا پیا آنکھ بند ہے میری سن لوے میری بیٹیاں روندے روندے گھر گیا۔ او گھر والی آدھی روندا کیوں ہے؟ اوہ کہ روندا اس واسطے پیا کل امام حسن آ رہے ہیں۔ اوہ کہ کتھے اکے حضرت امیر معاویہ دی دعوت تے آ رہے ہیں میں آ رہے ہیں تو روندا کیوں ہے؟ اوہ کہ روندا اس واسطے پلے بھی کچھ نہیں۔ اوہ نے کہ چل نہیں ہے تو کیا ہویا انج کرنا تینو جتی بناون دا طریقہ تا آندا ہے نا۔ او موچی تے ہے نا اوہ کہ ہاں تے اوہ کہ ایک جتی بنا لے اوہ کہ وہ جتی ساڑی پاوے گا اوہ کہ پاوے تے بھاوے نہ پاوے تحفہ تا ہے نا۔ انہیں جتی بنائی نعیم شہزاد صبح تک جتی تیار ہو گئی رو کے آدھے جتی تیار ہو گئی اوہ کہ ذرا میں نو وکھا۔ انہیں امام حسن دی جتی چاہ کے نا اس بھائی نے نا تے مدینے وال منہ کر کے آ دیے سین زہرا اسی غریب بڑے ہیں تے گھر والے نو آ دیے اپنی چادر وکھا۔ توجہ ہے جی تواڈی توجہ ہٹ جاندی ہے میری بجلی اندروں مک جاندی ہے۔ آپ فرمیندن بی بی آ دیے انج کر اپنی چادر وکھا۔ جلے ویلے چادر وکھائیے انہیں امام حسن پاک دی جتی مبارک چادر وچ رکھیے این گنڈ بدکایا دیئے سر تے رکھ۔ ہائے آلہ حضرت فرمین دن سر پہ رکھنے کو مل جائیں نالے پاک حضور پھر کہیں ہاں تاجدار ہم بھی ہیں
ਇਵੇਂ ਸਿਰ ਤੇ ਰੱਖੀਏ, ਫਰਮਾਇਆ ਤੱਲੇ ਨਾ ਸੱਟੀ ਸਾਡੇ ਇਮਾਮ ਹਸਨ ਦੀ ਜੁੱਤੀ ਏ। ਉਹ ਮੇਰਾ ਬੇਟਾ ਜਲੇ ਸਰ ਤੇ ਜੁੱਤੀ ਰੱਖ ਕੇ ਗਿਆ ਹੈ ਦਰਬਾਰ ਦੇ ਅੰਦਰ, 5000 ਬੰਦਾ ਕੁਰਸੀ ਤੇ ਬੈਠਾ ਏ, ਵੱਡੀ ਕੁਰਸੀ ਏ ਇਮਾਮ ਹਸਨ ਦੀ। ਹਜ਼ਰਤ ਅਮੀਰ ਮੁਆਵਿਆ ਰਜ਼ੀ ਅੱਲਾਹ ਤਾਲਾ ਨੂੰ ਨੇ ਵੱਡੀ ਕੁਰਸੀ ਤੇ ਬਿਠਾਇਆ, 5000 ਦਿਰਹਮ ਦੀ ਥੇਲੀ ਪੇਸ਼ ਕੀਤੀ, ਆਪ ਨੇ ਦੋਵੇਂ ਅੰਗਲੀ ਨਾਲ ਮੇਜ਼ ਤੇ ਰੱਖ ਦਿੱਤੀ, ਕੁਰਸੀ ਤੇ ਬੈਠਣ ਥੇ ਲੋਕ ਵੇਦੇ ਬੈਠਣ ਲਾ ਦੇਣ, ਵਾਹ ਵੇ ਹਸਨ ਤੇਰੀ ਤਾਂ ਸ਼ਕਲ ਤੇਰੇ ਨਾਨੇ ਨਾਲ ਮਿਲਦੀ ਏ, ਵਾਹ ਵੇ ਹਸਨ ਤੇਰੀ ਸ਼ਕਲ ਤਾਂ ਨਬੀ ਨਾਲ ਮਿਲਦੀ ਏ। ਉਹ ਜਿਹੜੇ ਰੋਂਦੇ ਬੈਠੇ ਹੋ ਮੇਰੇ ਬੱਚੋ, ਉਹ ਮੋਚੀ ਜਿਹੜਾ ਦੂਰ ਦਰਾਜ ਤੋਂ ਜੁੱਤੀ ਲੈ ਕੇ ਸਰ ਤੇ ਰੱਖੀ ਵਦਾ, ਕਈ ਵੇਲੇ ਇੱਡੇ ਵੇਂਦਾ ਏ, ਕਈ ਵੇਲੇ ਇੱਡੇ, ਕੋਈ ਧੱਕਾ ਦਿੰਦਾ ਏ, ਕੋਈ ਆਦਾ ਪਰੇ ਹਟ, ਕੋਈ ਆਦਾ ਜਾ ਏ ਜਾ, ਆਦਾ ਏ ਚਲੋ ਮੈਨੂੰ ਮੁਰਸ਼ਦ ਦਾ ਦੀਦਾਰ ਦਾ ਕਰਨ ਦਿਓ। ਇਵੇਂ ਖਲੋ ਗਿਆ ਜਿਵੇਂ ਬੱਚੇ ਖਲੋ ਕੇ ਸੁਣਦੇ ਬੈਲ, ਜਦੋਂ ਖਲੋ ਗਿਆ ਹੁਣ ਵੇਖੀ ਜਾਂਦਾ ਵਾਹ ਹਸਨ ਵਾਹ, ਚਲੋ ਜ਼ਿੰਦਗੀ ਵਿੱਚ ਬਤੂਲ ਦੇ ਪੁੱਤਰ ਦਾ ਦੀਦਾਰ ਕਰ ਲਿਆ ਏ। ਵੇਦਾ ਖੜਾ ਹਾ ਇਮਾਮ ਹਸਨ ਫਰਮੈਂਦੇ ਨੇ ਰੋਂਦਾ ਕਿਉਂ ਏ, ਉਹ ਰਿਹਾ ਸੁਭਾਨ ਅੱਲਾਹ, ਬੇਟਾ ਇਹ ਜਿਹੜਾ ਰੋਂਦਾ ਬੈਠਾ ਹੈ ਮੇਰਾ ਕਮਾਲ ਨਹੀਂ, ਤੇਰੀ ਮਾਂ ਦੇ ਦੁੱਧ ਦਾ ਕਮਾਲ ਹੈ। ਇੱਥੇ ਹਰ ਬੰਦਾ ਨਹੀਂ ਆਂਦਾ, ਦੁੱਧ ਦਾ ਕਮਾਲ ਹੁੰਦਾ ਹੈ ਮੇਰਾ ਪਿਆਰਾ ਬੱਚਾ। ਮਾਵਾਂ ਚੰਗੀਆਂ ਪੁੱਤਰ ਮੋਬਾਈਲਾਂ ਦੇ ਲੱਗ ਨਹੀਂ ਬਣਦੇ, ਨਬੀ ਦੇ ਨੌਕਰ ਬਣਦੇ ਹੈ। ਤਾਇਰ ਸ਼ਾਹ ਤੇਰੀ ਚੜ੍ਹਦੀ ਕਸਮ ਮੈਂ ਕਿਵੇਂ ਪੜ੍ਹਾਂ, ਆਪਨੇ ਉਹਨੂੰ ਬੁਲਾਇਆ ਕੁਰਸੀਆਂ ਲੈ ਹਟ ਗਏ, ਉਹ ਮੋਚੀ ਨੇੜੇ ਆਇਆ, ਹੁਣ ਤੱਕ ਜਿਹੜੇ ਨਿਵੇ ਬੋਲੇ ਮੈਂ ਕੰਮ ਅਜ ਕੰਮ ਕਿਬਲਾ 35 ਮਿੰਟ ਬੋਲੀ ਬੈਠਾ, ਹੁਣ ਤਵੱਜੋ ਕਰੇ, ਆਪ ਉਹਨੂੰ ਬੁਲਾਇਆ ਉਹ ਨੇੜੇ ਆ ਕੇ ਕੰਬਣ ਖੜ ਗਿਆ। ਪਰ ਮੈਂ ਕੰਬਦਾ ਕਿਉਂ ਐ, ਜਿਹੜੀ ਰਾਤ ਜੁੱਤੀ ਬਣਾਈ ਆਈ ਮੈਨੂੰ ਪਵਾ, ਹੌਸਲਾ ਹੌਸਲਾ ਹੌਸਲਾ, ਉਹ ਸੈਦੋ ਤੁਹਾਡੀ ਜਲਦੀ ਕਸਮ ਏ, ਉਹਨੇ ਜੁੱਤੀ ਖੋਲੀ ਏ ਮਦਨੀ, ਇਮਾਮ ਹਸਨ ਆਪਣੀ ਕੀਮਤੀ ਜੁੱਤੀ ਤੱਲੇ ਲਾ ਰੱਖੀ, ਉਹਨੇ ਕਿ ਸਰਕਾਰ ਇਹ ਜੁੱਤੀ ਦਰਦ ਕਰਸੀ ਤੁਹਾਨੂੰ ਸਖਤ ਹੈ ਸਸਤੀ ਹੈ, ਪਰ ਮੈਂ ਸਸਤੀ ਕੀਮਤੀ ਵੇਖਾਂ ਜਾਂ ਤੇਰਾ ਦਿਲ ਵੇਖਾ। ਆਪਨੇ ਆਪਣੇ ਪੈਰਾਂ ਵਿੱਚ ਜੁੱਤੀ ਰੱਖੀ ਹੈ, ਜਿਹੜੀ ਆਪਣੀ ਹੈ ਉਹਨੂੰ ਦਿੱਤੀ ਹੈ, ਉਹ ਵੰਨਣ ਲੱਗਾ ਹੈ। ਫਰਮਾਇਆ 5000 ਦਿਰਹਮ ਮੈਨੂੰ ਹਜ਼ਰਤ ਅਮੀਰ ਮੁਆਵਿਆ ਦਿੱਤੇ ਨੇ, ਮੈਨੂੰ ਲੋੜ ਕੋਈ ਨਹੀਂ, ਤੂੰ ਲੈ ਜਾ। ਸਦਕੇ 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 ਸੁਬਹਾਨ ਅੱਲਾਹ ਸੁਬਹਾਨ ਅੱਲਾਹ, ਜਿਹੜੇ ਵੇਲੇ 5000 ਦਿਰਹਮ ਵੀ ਮਿਲ ਗਏ, ਉਹ ਮੀਆਂ ਆਪ ਦੀ ਨਵੀਂ ਜੁੱਤੀ ਵੀ ਮਿਲ ਗਈ, ਹੁਣ ਤੇ ਆਂਸੂ ਰੁਕਾਏ ਮੈਂ ਗੱਲ ਕਰਾਂ, ਉਹ ਵੰਨਣ ਲੱਗਾ ਆਪਾ ਦਿਨ ਓਰਿਆ ਆਇਆ। ਫਰਮਾਇਆ ਇਹ ਪੈਸੇ ਤਾਂ ਅਮੀਰ ਮੁਆਵਿਆ ਤੈਨੂੰ ਦਿੱਤੇ ਹਨ, ਆ ਤੈਨੂੰ ਮੈਂ ਜੰਨਤ ਦਾ ਟਿਕਟ ਦਾ ਦੇ ਦੇਵਾ। ਹਜ਼ੂਰ ਮਿਹਰਬਾਨੀ ਮੈਂ ਕੁਰਬਾਨ ਹੋ ਜਾਵਾਂ, ਉਹ ਮੇਰੀਆਂ ਬੱਚੀਆਂ ਮਾਵਾਂ ਆਸਤਾਨੇ ਤੇ ਆਇਆ ਕਰੋ ਅਦਬ ਨਾਲ, ਇੱਥੋਂ ਮੰਗਿਆ ਕਰੋ ਬਤੂਲ ਦਾ ਵਸੀਲਾ ਦੇ ਕੇ ਮਿਲਦਾ ਹੈ। ਉਹ ਜਿਹੜੇ ਵੇਲੇ ਵੰਨਣ ਲੱਗਾ ਆਪ ਫਰਮੈਂਦੇ ਨੇ ਓਰਿਆ, ਉਹ ਨੇੜੇ ਆਇਆ ਨੇੜੇ ਆਇਆ, ਆਪ ਫਰਮੈਂਦੇ ਨੇ ਜੰਨਤ ਮਿਲ ਗਈ ਆਈ ਆਦੇ ਜੀਆ, ਅੱਛਾ ਜੁੱਤੀ ਮੇਰੀ ਮਿਲ ਗਈ ਆਈ ਜੀਆ, ਆਪ ਫਰਮੈਂਦੇ ਨੇ ਪੈਸੇ ਮਿਲ ਗਏ ਨਾ ਦੇ ਜੀਆ, ਹੁਣ ਮੇਰੀ ਮਿਹਨਤ ਜ਼ਾਇ ਨਾ ਕਰਾਏ। ਉਹ ਤਿੰਨ ਚੀਜ਼ਾਂ ਯਾਦ ਰੱਖਾ, ਆਪ ਉਹਨੂੰ ਆਦਨ ਮੇਰੇ ਨੇੜੇ ਆ, ਉਹ ਨੇੜੇ ਆਇਆ, ਆਪ ਉਹਦੇ ਕੰਨ ਵਿੱਚ ਆਦਨ ਆਪਣੀ ਬੀਵੀ ਨੂੰ ਆਖੀ, ਅਸਾਂ ਤੈਨੂੰ ਵੀ ਜੰਨਤ ਦੇ ਛੋੜੀ ਹੈ। ਅੱਲਾ 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 ਅੱਲਾ, ਅਸਾਂ ਤੈਨੂੰ ਜੰਨਤ ਦੇ ਛੋੜੀ ਹੈ। ਉਹ ਤੜਪ ਗਿਆ
लोगा तू ताने झल्ले माए ते जन्नत मेनू तो मिली है मेरी बीवी नू क्यों मिल गई। मैं लफ्ज लिखा सोने नाल मेरे कलो सोना होवे ता आ फरमे ने जै तेनू जुत्ती दा मशवरा दिता हा ओदा भी ता हक बनदा है। ओ जड़े वेले आप गल कीती है किबला उथई खड़ा हो गया उने उथई खड़ के हजरत अमीर मुआविया दे दरबार झक नारा लाया मेरे दो मिनट हैं मेरे नाल नारा लाओ। ओ उथई खड़ के याद आए मैं पंजां दा मंगता ते बारां दा आओगे मैनू खुश्क बंदे नहीं चाहिए मैनू तर चाहिए नौकर मैं हाथ बुलंद करके मैं पंजां दा मंगता ते बारां दा नौकर मैं सोहने नबी दे यारां दा नौकर मैं पंजा जेड़े हाथ चा रहे हो मैं तुहाडे ते राजी हां जी बिल्कुल राजी हां। पंजां दा मंगता ते बारां दा नौकर मैं पंजां दा मंगता ते बारां दा नौकर मैं यारां दा नौकर मैं सोहणे नबी दे यारां दा नौकर तुसा सारे नहीं वे पढ़ रहे मैं पंजां दा मंगता ते बारां दा नौकर मैं पंजां दा मंगता ते बारां दा नौकर। अगली लाइन मैनू पढ़न दी वाए मैं पढ़दा हां कलमे हबीबे खुदा दे वाह वाह सैयदादा आज मैं नहीं पढ़ रहा कुरान दी कसम है साहिबे दरबार मेरे तो पढ़वा रहे हैं। तुसी यकीन करो पता इन चल रहा जिवें साहिबे दरबार वेख रहे हैं कि मेरी शादी विच केड़ा केड़ा आया बैठा है। हाय मैं पढ़ना वा कलमे हबीबे खुदा दे मैं पढ़ना वा कलमे हबीबे खुदा दे मैं लांदा वा नारे असहाबे मुस्तफा दे मैं लांदा वा नारे असहाबे मुस्तफा दे मैं सोहने नबी दे दिल दारा दा नौकर सोहने नबी दे दिल दारा दा नौकर मैं पंजां दा मंगता ते बारां दा नौकर। राजी हो के कोई ना सरकार राजी ई बैठा करे ना हुण क्या करिए जेड़े हो रहे बैठे इन्हां नूं भी तो पढ़ाउणा है ना इंशाल्लाह फिर जदन आई उसे फिर डेढ़ घंटा लवांगे अज तुसी इहदे उत्ते ही गुजारा करो। मैं शाह साहिबान तुसा सारे दा सारे शुक्रिया अदा करना अल्लाह तमाम सादात की खैर फरमावे मावां बेटियां दे पर्दे सलामत होवन अल्लाह तुहाडा मेरा हामी और नासिर होवे आमीन व आखिर दावाना अनिल हमदुलिल्लाह रब्बिल आलमीन।